ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਤੁਸੀਂ ਇੱਕ ਲਫ਼ਜ਼ ਸੁਣਿਆ ਹੋਊਗਾ ਭੇਡ ਚਾਲ। ਇਮੀਗ੍ਰੇਸ਼ਨ ਦੇ ਵਿੱਚ ਖਾਸ ਕਰਕੇ ਔਨਸ਼ੋਰ ਬਹੁਤ ਜ਼ਿਆਦਾ ਭੇਡ ਚਾਲ ਆ। ਅਲਬਰਟਾ ਨੇ PNP ਦੇਣੀਆਂ ਸ਼ੁਰੂ ਕੀਤੀਆਂ ਅਤੇ ਦਰਾ ਦੜ ਅਸੀਂ ਆਪਣਾ ਬੋਰੀਆ ਬਿਸਤਰਾ ਚੱਕਿਆ ਅਤੇ ਅਲਬਰਟਾ ਪਹੁੰਚ ਗਏ, ਨਿਊ ਬ੍ਰਿੰਸਵਿਕ ਪਹੁੰਚ ਗਏ, ਨੋਵਾ ਸਕੋਸ਼ੀਆ ਪਹੁੰਚ ਗਏ। ਐਟ ਦ ਐਂਡ ਕੀ ਹੋਇਆ, ਸਾਲ ਡੇਢ ਸਾਲ ਉਹ ਪ੍ਰੋਗਰਾਮ ਚੱਲਿਆ ਅਲਬਰਟਾ ਰੂਰਲ ਪ੍ਰੋਗਰਾਮ ਦੇ ਵਿੱਚ, ਉਸ ਤੋਂ ਬਾਅਦ 'ਚ ਉਹਨਾਂ ਨੇ ਪੌਜ਼ ਕਰਤਾ। ਨੋਵਾ ਸਕੋਸ਼ੀਆ ਦੇ ਵਿੱਚ ਕੱਲ੍ਹ ਉਹਨਾਂ ਨੇ ਪੌਜ਼ ਲਾਤਾ ਆ। ਨਿਊ ਬ੍ਰਿੰਸਵਿਕ ਪਹਿਲਾਂ ਹੀ PNP ਚੇਂਜਿਸ ਕਰ ਚੁੱਕਾ ਆ, ਮੈਨੀਟੋਬਾ ਨੇ ਪੁਆਇੰਟਸ ਆਪਣੇ ਇਨਕਰੀਜ਼ ਕਰ ਚੁੱਕੇ ਆ। ਦ ਪੁਆਇੰਟ ਇਜ਼ ਕਿ ਆ ਜਿਹੜਾ ਸਿਸਟਮ ਆ ਨਾ, ਇਹਨੂੰ ਸਮਝੋ। ਜੋ ਅੱਜ PNP 'ਚ ਚੱਲ ਰਿਹਾ ਉਹ ਜ਼ਰੂਰੀ ਨਹੀਂ ਹੈ ਕਿ ਸਾਲ ਬਾਅਦ ਉਹੀ ਟ੍ਰੈਂਡ ਚੱਲੇਗਾ। ਯੂ ਨੀਡ ਟੂ ਵਰਕ ਅਕੋਰਡਿੰਗ ਟੂ ਯੋਰ ਸਕਿੱਲਸ, ਆਪਣੇ ਸਕਿੱਲਸ ਦੇ ਹਿਸਾਬ ਨਾਲ ਪਰਮਨੈਂਟ ਰੈਜ਼ੀਡੈਂਸੀ ਦੇ ਸਫ਼ਰ ਨੂੰ ਤੈਅ ਕਰਨ ਦੀ ਕੋਸ਼ਿਸ਼ ਕਰੋ, ਨਾ ਕਿ PNP ਦੇ ਹਿਸਾਬ ਦੇ ਨਾਲ ਆਪਣੇ ਆਪ ਨੂੰ ਚੇਂਜ ਕਰੋ। ਕਿਉਂਕਿ ਹੁਣ ਅਲਬਰਟਾ ਤੋਂ ਮੈਨੂੰ ਕਾਲਸ ਆ ਰਹੀਆਂ, ਕਈਆਂ ਦੇ ਵਰਕ ਪਰਮਿਟ ਵੀ ਖਤਮ ਹੋਣ 'ਤੇ ਆ ਗਏ ਨੇ, ਉੱਥੇ ਜਾ ਕੇ ਪ੍ਰੋਗਰਾਮ ਬੰਦ ਹੋ ਗਿਆ ਆ। ਜਾਂ ਕੱਲ੍ਹ ਨੋਵਾ ਸਕੋਸ਼ੀਆ ਨੇ ਜੋ ਕੀਤਾ, ਅਚਾਨਕ ਹੀ ਬੰਬ ਸੁੱਟਤਾ ਕਿ ਭਾਈ ਕਿਨਾ ਅਗਰ ਤੁਸੀਂ ਹਾਊਸਿੰਗ ਜਾਂ ਫੂਡ ਇੰਡਸਟਰੀ 'ਚ ਕੰਮ ਕਰਦੇ ਪਏ ਹੈਗੇ ਹੋ ਤਾਂ ਬਸ ਖਤਮ ਹੈ ਕੰਮ। ਸੋ ਤੁਸੀਂ ਇੰਨੀ ਮਿਹਨਤ ਕਰ ਰਹੇ ਹੋ, ਇੰਨੇ ਐਫਰਟਸ ਪਾ ਰਹੇ ਹੋ, ਸਿਰਫ ਇੱਕ ਚੀਜ਼ ਦੀ ਕਮੀ ਹੈ। ਕਮੀ ਇਹ ਹੈ ਕਿ ਅਗਰ ਇੱਕ ਨੂੰ ਪਰਮਨੈਂਟ ਰੈਜ਼ੀਡੈਂਸੀ ਉਹਦੇ ਥਰੂ ਮਿਲੀ ਹੈ ਤਾਂ ਸਾਨੂੰ ਲੱਗਦਾ ਸਾਰਿਆਂ ਨੂੰ ਉਹਦੇ ਥਰੂ ਮਿਲ ਜੂਗੀ। ਯੂ ਨੀਡ ਟੂ ਚੂਜ਼ ਦ ਆਪਸ਼ਨ ਜਿਹੜੀ ਤੁਹਾਡੀ ਪ੍ਰੋਫਾਈਲ ਨੂੰ ਬੈਸਟ ਫਿੱਟ ਕਰਦੀ ਹੋਵੇ। ਅਗਰ ਤੁਸੀਂ ਚੈੱਕ ਕਰਨਾ ਚਾਹੁੰਦੇ ਹੋ ਕਿ ਤੁਸੀਂ ਕਿਹੜੇ ਕਿਹੜੇ ਪ੍ਰੋਗਰਾਮਸ 'ਚ ਕੁਆਲੀਫਾਈ ਕਰ ਸਕਦੇ ਹੋ, ਤਾਂ ਬ੍ਰਾਂਟਨ ਇਮੀਗ੍ਰੇਸ਼ਨ ਕੰਸਲਟੈਂਸੀ ਦੀ ਟੀਮ ਨੂੰ ਕੰਟੈਕਟ ਕਰੋ। ਸਾਡੇ ਨਾਲ ਗੱਲਬਾਤ ਕਰਕੇ ਤੁਹਾਨੂੰ ਅਨੇਕਾਂ ਆਪਸ਼ਨਸ ਮਿਲ ਸਕਦੀਆਂ ਨੇ।